ਇੱਕ ਨਜ਼ਮ ਹੈ ਜਿਸਦਾ ਅਨਵਾਨ ਹੈ ਜੱਦੀ ਪੁਸ਼ਤੀ ਨੌਕਰ। ਕਿ ਇੱਕ ਬੰਦਾ ਜਿਹੜਾ ਹੈ ਉਹਦਾ ਪਿਓ ਵੀ ਨੌਕਰੀ ਕਰਦਾ ਰਿਹਾ ਚੌਧਰੀ ਦੀ, ਅੱਗੋਂ ਉਹਦਾ ਪਿਓ ਵੀ ਕਰਦਾ ਰਿਹਾ, ਸੱਤ ਪੀੜ੍ਹੀਆਂ ਜਿਹੜੀਆਂ ਨਾ ਉਹਨਾਂ ਦੀਆਂ ਉਹ ਨੌਕਰੀ 'ਚ ਲੱਗ ਗਈਆਂ। ਤਾਂ ਇੱਕ ਦਿਨ ਜਿਹੜਾ ਹੈ ਨਾ ਉਹ ਨੌਕਰ ਚੌਧਰੀ ਦੇ ਪੈਰ ਘੁੱਟਦਾ ਪਿਆ, ਮੁੱਠੀ ਫੜਦਾ ਪਿਆ ਤਾਂ ਆਖਣ ਲੱਗਾ, ਮੈਂ ਆਖਿਆ ਆਪਦੇ ਚੌਧਰੀ ਨੂੰ, ਸਾਈ ਸੁਣਿਆ ਨਾਲ ਦੀ ਬਸਤੀ ਵਿੱਚ ਇੱਕ ਮਕਤਬ ਖੁੱਲ੍ਹਾ ਹੈ ਜਿੱਥੇ ਪੜ੍ਹਦੇ ਨੇ ਬਾਲ ਗਰੀਬਾਂ ਦੇ, ਜਿੱਥੇ ਮੁਫ਼ਤ ਕਿਤਾਬਾਂ ਢੀਂਦੀਆਂ ਹਨ, ਕਾਈ ਫੀਸ ਨਹੀਂ ਪੜ੍ਹਾਈ ਦੀ ਲੱਗਦੀ ਹੈ। ਮੈਂ ਸੁਣਿਆ ਇਲਮ ਖਜ਼ਾਨਾ ਹੈ, ਇਹ ਇਲਮ ਹੈ ਚਾਨਣ ਅੱਖੀਆਂ ਦਾ, ਸੱਤ ਪੀੜ੍ਹੀਆਂ ਲੱਗੀਆਂ ਹਨ ਸਰਕਾਰ ਦੀ ਤਾਬੇਦਾਰੀ ਵਿੱਚ, ਇਹੋ ਮੰਗਣਾ ਹਜ਼ਰ ਗੁਲਾਮੀ ਦਾ। ਮੈਂ ਸਦੀਆਂ ਦੀਆਂ ਅੰਨੀਆਂ ਅੱਖੀਆਂ ਵਿੱਚ ਇਲਮ ਦਾ ਸੁਰਮਾ ਪਾਵਣਾ ਹੈ, ਮੈਂ ਆਪਣਾ ਪੁੱਤਰ ਪੜਾਵਣਾ ਹੈ। ਜਦੋਂ ਚੌਧਰੀ ਇਹ ਗੱਲ ਸੁਣੀ ਨਾ ਤੇ ਉਹਨੂੰ ਬੜਾ ਵੱਟ ਲੱਗਾ ਤੇ ਬੜੀ ਕਾਵੜ ਆਈ, ਤੇ ਉਸ ਆਖਿਆ ਪੈਰ ਮਾਰ ਕੇ ਆਉਂਦਾ ਪਰਾ ਨਾਲ ਆਖਦਾ। ਚੌਧਰੀ ਦਾ ਜਵਾਬ ਸੁਣੋ, ਅੱਗੋਂ ਦੜੇਕ ਕੇ ਚੌਧਰੀ ਆਉਂਦਾ ਹੈ, ਉਹ ਕੁਝ ਸੋਚ ਸਮਝ ਕੇ ਬੋਲਿਆ ਕਰ, ਜਿੱਥੇ ਤੇਰਾ ਜੇ ਤੇਰਾ ਪੁੱਤਰ ਸਕੂਲੇ ਜਾਸੀ ਤਾਂ ਇਹਨੂੰ ਵੇਖ ਕੇ ਤੇ ਪਿੰਡ ਦੇ ਲੋਕਾਂ ਨੂੰ ਰਿਸੋਰਸੀ ਬਾਲ ਪੜ੍ਹਾਵਣ ਦੀ ਜੇ ਰਸਮ ਪੜ੍ਹਾਈ ਦੀ ਚੱਲ ਪਈ ਤਾਂ ਮੇਰੇ ਬਖਤ ਦਾ ਸੂਰਜ ਢਲ ਪਊ ਸੀ। ਜੇ ਮੇਰੇ ਬਾਲ ਜਿਹੜੇ ਨੇ ਮੇਰੇ ਬਾਲ ਫਸਣ ਕਿਸ ਕਾਰਨ, ਮੇਰੇ ਕੌਣ ਨਵੇਸੀ ਕੁੱਤਿਆਂ ਨੂੰ। ਚੌਧਰੀ ਜਵਾਬ ਦਿੰਦਾ ਉਹਨੂੰ ਆਂਦਾ, ਮੇਰੇ ਕੌਣ ਨਵੇਸੀ ਕੁੱਤਿਆਂ ਨੂੰ, ਮੈਨੂੰ ਹੁੱਕਾ ਕੌਣ ਵਿਖਾ ਦੇ ਸੀ, ਮੇਰੇ ਬਾਲ ਸ਼ਿਕਾਰ ਤੋਂ ਹਟਸਣ ਤਾਂ ਲੜ ਕੌਣ ਮਰੇ ਸੀ ਗੱਡੀ ਤੇ। ਉਹਦੇ ਸੁਣ ਕੇ ਬੋਲ ਹਕਾਰਤ ਦੇ, ਚੁੱਪ ਕਰਕੇ ਘਰ ਨੂੰ ਰਲਕ ਪਿਆ ਰਿਹਾ ਵਸਦਾ ਸਾਵਣ ਅੱਖੀਆਂ ਵਿੱਚ, ਸਾਰੀ ਰਾਤ ਸੁਚੇਂਦਿਆਂ ਲੱਗ ਗਈ। ਮੇਰਾ ਪੁੱਤਰ ਨਾਜ਼ਕ ਫੁੱਲਾਂ ਤੋਂ ਨਹੀਂ ਰੱਖ ਸਕਦਾ ਅੱਗੇ ਦੱਪੇ ਤੇ, ਨਹੀਂ ਗਰਮ ਹਵੇਲਾ ਚਾਹ ਸਕਦਾ, ਇਹ ਸੋਚ ਸੁਚੇਂਦਿਆਂ ਅੱਖ ਲੱਗ ਗਈ। ਇੱਕ ਵੇਖਿਆ ਮੰਦਰ ਖਾਬ ਦੇ ਵਿੱਚ, ਮੇਰੀ ਪੁੱਤਰ ਦੀ ਕੰਡ ਤੇ ਬਸਤਾ ਏ, ਉਹਦੇ ਹੱਥ 'ਚ ਹਾਰ ਏ ਫੁੱਲਾਂ ਦਾ, ਉਤਾਂ ਅੱਡੀਆਂ ਚਾ ਕੇ ਤੇ ਮੇਰੇ ਗਲ ਵਿੱਚ ਉਹ ਹਾਰ ਫੁੱਲਾਂ ਦਾ ਪਵਾਉਣਾ ਚਾਹੁੰਦਾ ਏ। ਅਜੇ ਅੱਖ ਖਵਾਬ ਦੇ ਅੰਦਰ ਆਈ, ਇਹਦੂ ਘਰ ਦਾ ਕੁੰਡਾ ਖੜਕ ਪਿਆ, ਮੈਂ ਪੁੱਛਿਆ ਕੌਣ ਏ ਤੇ ਕੀ ਆਉਣਾ ਏ। ਅੱਗੋਂ ਬੋਲਿਆ ਮੁਨਸ਼ੀ ਚੌਧਰੀ ਦਾ, ਆ ਤੈਨੂੰ ਚੌਧਰੀ ਸਾਹਿਬ ਸਦਿੰਦਾ ਏ। ਮੈਂ ਆਖਿਆ ਆਖੀ ਚੌਧਰੀ ਨੂੰ, ਮੈਨੂੰ ਨਾ ਫਰਮਾਨੀ ਮਾਫ ਕਰੇ, ਮੇਰੇ ਪੈਰੀ ਲੱਜ ਦੀਆਂ ਬੇੜੀਆਂ ਹਨ, ਮੇਰੇ ਹੱਥ ਆਕਮ ਮਖਲੂਜ ਤਾਂ ਨਹੀਂ, ਮੈਂ ਅੱਜ ਤੂੰ ਢਿੱਡ 'ਚ ਢੋ ਲਈਏ, ਮੈਂ ਕਈ ਦੀ ਨੌਕਰੀ ਨਹੀਂ ਕਰਨੀ, ਸਿਰ ਦੇਸਾਂ ਹੇਠ ਤਗਾਰੀ ਦੇ, ਹਾਂ ਦੇਸਾਂ ਚੀਰ ਪਹਾੜਾਂ ਦਾ, ਰੁੱਖ ਮੋੜ ਦੇਸਾਂ ਮੈਂ ਸਮੁੰਦਰਾਂ ਦਾ। ਸਾਈ ਮੱਝ ਆਖੀ ਆਪਣੇ ਚੌਧਰੀ ਨੂੰ, ਸਿੱਖੇ ਅਟਕਲ ਆਪ ਵਿਖਾਵਣ ਦੀ ਜਾਂ ਹੁੱਕਾ ਪੀਵਣਾ ਛੱਡ ਦੇਵੇ। ਸਦੀਆਂ ਦੀਆਂ ਅੰਨੀਆਂ ਅੱਖੀਆਂ ਵਿੱਚ ਮੈਂ ਇਲਮ ਦਾ ਸੁਰਮਾ ਪਾਵਣਾ ਹੈ, ਮੈਂ ਅੱਜ ਤੂੰ ਡੇਢ ਵਿੱਚ ਦੋ ਲਈ ਹੈ, ਮੈਂ ਆਪਣਾ ਪੁੱਤਰ ਪੜਾਵਣਾ ਹੈ।